ਸਾਰੇ ਹੀ ਬਹੁਜਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲਬ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਆਪਾਂ ਸਾਰਿਆਂ ਨੇ ਦੇਖਿਆ ਕਿ ਪੰਜਾਬ ਦੇ ਸੀਐਮ ਅ ਸਰਦਾਰ ਭਗਵੰਤ ਸਿੰਘ ਮਾਨ ਜੀ ਥੋੜਾ ਜਿਹਾ ਬਿਮਾਰ ਹੋਏ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਇਆ ਕਾਰਨ ਚਾਹੇ ਕੁਝ ਵੀ ਹੋ ਸਕਦਾ ਆਪਾਂ ਸਾਰੇ ਜਾਣਦੇ ਹੀ ਹਾਂ ਇਹਨਾਂ ਕਾਰਨਾਂ ਨੂੰ ਤੇ ਉਹ ਤੁਰੰਤ ਪੰਜਾਬ ਦੇ ਹਸਪੀਟਲਸ ਨੂੰ ਛੱਡ ਕੇ ਤੇ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਨੇ ਮਹੱਲਾ ਕਲੀਨਿਕ ਜਿਨ੍ਹਾਂ ਦਾ ਢਾਟਨ ਕੀਤਾ ਉਹਨਾਂ ਨੂੰ ਵੀ ਛੱਡ ਕੇ ਦਿੱਲੀ ਦੇ ਇੱਕ ਪ੍ਰਾਈਵੇਟ ਹਸਪੀਟਲ ਅਪੋਲੋ ਦੇ ਵਿੱਚ ਜਾ ਕੇ ਐਡਮਿਟ ਹੋ ਜਾਂਦੇ ਆ ਇੱਕ ਛੋਟੀ ਜੀ ਬਿਮਾਰੀ ਤੋਂ ਵੀ ਪੇਟ ਦੇ ਵਿੱਚ ਕੋਈ ਖਰਾਬੀ ਹੋਈ ਇਨਫੈਕਸ਼ਨ ਹੋਈ ਜਾਂ ਦਰਦ ਹੋਇਆ ਜਿਹੜਾ ਕਿ ਆਮ ਹੀ ਆਪਣੇ ਪੰਜਾਬੀਆਂ ਦੇ ਕਿਤੇ ਨਾ ਕਿਤੇ ਹੁੰਦਾ ਰਹਿੰਦਾ ਕਿਵੇਂ ਨਾ ਕਿਵੇਂ ਤੇ ਆਪਾਂ ਛੋਟਾ ਮੋਟਾ ਇਲਾਜ ਕਰਾ ਕੇ ਜਿਹੜਾ ਠੀਕ ਹੋ ਜਾਂਦੇ ਆ ਜਦੋਂ ਕਿ ਸਾਡੇ ਸੀਐਮ ਸਾਹਿਬ ਦੇ ਤਾਂ ਵਾਈਫ ਵੀ ਜਿਹੜੇ ਹੈਗੇ ਨੇ ਡਾਕਟਰ ਨੇ ਹੁਣ ਪਤਾ ਨਹੀਂ ਵੀ ਕੀ ਏਡੀ ਗੱਲ ਸੀ ਔਰ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਗੱਲ ਦਿੱਲੀ ਦੇ ਵਿੱਚ ਜਾ ਕੇ ਸੀਐਮ ਸਾਹਿਬ ਇੱਕ ਪ੍ਰਾਈਵੇਟ ਹਸਪੀਟਲ ਅਪੋਲੋ ਦੇ ਵਿੱਚ ਜਾ ਕੇ ਦਾਖਲ ਹੁੰਦੇ ਆ ਜਦੋਂ ਕਿ ਇਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਜੀ ਵੱਡੀਆਂ ਵੱਡੀਆਂ ਫੜਾ ਮਾਰਦੇ ਨੇ ਪੰਜਾਬ ਸਮੇਤ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਕਿ ਦਿੱਲੀ ਦੇਗਾ ਮੁਹੱਲਾ ਕਲੀਨਿਕਾਂ ਦੇ ਆ ਵਿਦੇਸ਼ਾਂ ਦੇ ਵਿੱਚ بڑے بڑے ਦੇਸ਼ਾਂ ਦੇ ਵਿੱਚ ਜਿਹੜਾ ਡੰਕਾ ਵੱਜਦਾ ਵੀ ਐਡੇ ਵੱਡੇ ਵੱਡੇ ਡਾਕਟਰ ਜਿੱਥੇ ਅਸੀਂ ਲੋਕਾਂ ਦਾ ਫ੍ਰੀ ਇਲਾਜ ਕਰਦੇ ਆ ਜਿੰਨੀ ਵੱਡੀ ਮਰਜ਼ੀ ਬਿਮਾਰੀ ਹੋਵੇ ਜਿੰਨੀ ਵੱਡੀ ਮਰਜ਼ੀ ਉਹਦੀ ਫੀਸ ਹੋਵੇ ਉੱਥੇ ਇਲਾਜ ਕਰਦੇ ਆ ਹੁਣ ਇੱਥੇ ਇੱਕ ਸਵਾਲ ਮੈਂ ਸਾਡੇ ਬਹੁਤ ਜਣ ਸਮਾਜ ਦੇ ਲੋਕ ਜਿਹੜੇ ਲਗਾਤਾਰ ਵੱਖ-ਵੱਖ ਖਿੱਤਿਆਂ ਵੱਲੋਂ ਗੁਮਰਾਹ ਹੋ ਰਹੇ ਆ ਉਹਨਾਂ ਤੋਂ ਪੁੱਛਣਾ ਚਾਹੁੰਨਾ ਕਿ ਅਗਰ ਅਰਵਿੰਦ ਕੇਜਰੀਵਾਲ ਸਾਹਿਬ ਦੇ ਮੁਹੱਲਾ ਕਲੀਨਿਕ ਇੰਨੇ ਵਧੀਆ ਤੇ ਉੱਥੇ ਇੰਨਾ ਵਧੀਆ ਇਲਾਜ ਆ ਤਾਂ ਮਾਨਯੋਗ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਇਲਾਜ ਕਰਾਉਣ ਲਈ ਨਹੀਂ ਗਏ ਚਲੋ ਪੰਜਾਬ ਦੇ ਮੁਹੱਲਾ ਕਲੀਨਿਕਾਂ ਨੂੰ ਛੱਡ ਦਿਓ ਉੱਥੇ ਇਲਾਜ ਕਰਾਉਣ ਕਿਉਂ ਨਹੀਂ ਗਏ ਆਪ ਤਾਂ ਹੋਪੋਲੋ ਦੇ ਵਿੱਚ ਗਏ ਆ ਸੇਮ ਇਸੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਕਹਿੰਦਾ ਮੈਂ ਦਿੱਲੀ ਦਾ ਸਿੱਖਿਆ ਤੰਤਰ ਇੰਨਾ ਵਧੀਆ ਬਣਾਤਾ ਕਿ ਉਹਦੇ ਵਿੱਚ ਜਿਹੜੀ ਐਡਮਿਸ਼ਨ ਆ ਬੜੀ ਵੱਡੇ-ਵੱਡੇ ਬੰਦਿਆਂ ਦੀ ਹੋਗੀ ਜਦੋਂ ਕਿ ਮਾਨ ਜੋ ਗਰਵਿੰਦ ਕੇਜਰੀਵਾਲ ਸਾਹਿਬ ਦੇ ਬੱਚੇ ਕਿੱਥੇ ਪੜਦੇ ਆ ਨੋਇਡਾ ਦੇ ਵਿੱਚ ਜਿਹੜਾ ਨੋਇਡਾ ਬਣਾਇਆ ਹੈਗਾ ਭੋਜਨ ਸਮਾਜ ਪਾਰਟੀ ਦੀ ਸੁਪਰੀਮੋ ਭੈਣ ਕੁਮਾਰੀ ਮਾਇਆਬਤੀ ਨੇ ਇਨਾਂ ਦੇ ਸਿੱਖਿਆ ਮੰਤਰੀ ਦੇ ਬੱਚੇ ਕਿੱਥੇ ਪੜਦੇ ਆ ਉਹ ਵੀ ਸਰਚ ਕਰ ਲਓ Google ਦੇ ਵਿੱਚ ਇਹਨਾਂ ਦੇ ਸਭ ਤੋਂ ਮਜ਼ਬੂਤ ਮੰਤਰੀ ਜਿਹੜੇ ਜਤਿੰਦਰ ਜੈਨ ਹੈਗੇ ਆ ਉਹਨਾਂ ਦੇ ਬੱਚੇ ਕਿੱਥੇ ਪੜਦੇ ਆ ਦੌਰ ਦੇ ਵਿੱਚ ਉਹ ਵੀ ਤੁਸੀਂ Google ਤੇ ਵਿੱਚ ਸਰਚ ਕਰ ਲਓ ਮਤਲਬ ਕਿਸੇ ਵੀ IS IPS ਚੀਫ ਸੈਕਟਰੀ ਜੱਜ ਵਕੀਲ ਜਾਂ ਵੱਡੇ ਜਿਹੜੇ ਬਿਜ਼ਨਸਮੈਨ ਦੇ ਬੱਚੇ ਇਹ ਦਿਖਾਉਣ ਵੀ ਉੱਥੇ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਆ। ਬਈ ਗਰੀਬਾਂ ਦੇ ਬੱਚੇ ਤਾਂ ਪਹਿਲਾਂ ਵੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਸੀ ਅੱਜ ਵੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ। ਸਤਿਕਾਰਯੋਗ ਸਾਥੀਓ ਇਸ ਤਰੀਕੇ ਨਾਲ ਸਾਨੂੰ ਗੁੰਮਰਾਹ ਕਰਦੇ ਆ। ਔਰ ਬੜੇ ਦੁੱਖ ਦੀ ਗੱਲ ਤੇ ਹੈਰਾਨੀ ਦੀ ਗੱਲ ਆ ਜਿੰਨਾ-ਜਿੰਨਾ ਭੌਜਨ ਸਮਾਜ ਖਾਸ ਤੌਰ ਤੇ ਦਲਿਤ ਸਮਾਜ ਤੇ ਅਤਿਆਚਾਰ ਵਧ ਰਿਹਾ ਉਹਨਾਂ ਦੇ ਹੱਕਾਂ ਦੀ ਅਧਿਕਾਰਾਂ ਦਾ ਹਨਨ ਹੋ ਰਿਹਾ ਉਹਨਾਂ ਦੇ ਹੱਕ ਅਧਿਕਾਰ ਕੱਟੇ ਜਾ ਰਹੇ ਆ। ਅਜਈਆਂ ਮੰਨੂਵਾਦੀ ਸ਼ਕਤੀਆਂ ਉਹਨੀਆਂ ਹੀ ਮਜ਼ਬੂਤ ਹੋ ਰਹੀਆਂ ਜਦੋਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬਹੁਤ ਸਾਰੇ ਵੀਰ ਆਪਣੇ ਇਸ ਬੋਝਨ ਸਮਾਜ ਨੂੰ ਸੁਚੇਤ ਕਰਨ ਦੇ ਵਿੱਚ ਲੱਗੇ ਹੋਏ ਆ ਪਰ ਜਦੋਂ ਦੇਖਣ ਦੇਖੀ ਦਾ ਜਦੋਂ ਵੋਟਾਂ ਦੇ ਰਿਜ਼ਲਟ ਆਉਂਦੇ ਆ ਇਹ ਲੋਕ ਉਸ ਤੋਂ ਵੀ ਜ਼ਿਆਦਾ ਮਜ਼ਬੂਤ ਹੋ ਕੇ ਉੱਭਰਦੇ ਆ ਇਹ 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 ਗੱਲ ਬੜੀ ਚਿੰਤਾਜਨਕ ਅਤੇ ਬੜੀ ਹੈਰਾਨੀ ਵਾਲੀ ਆ ਹੁਣ ਤੁਸੀਂ ਲਾ ਲਓ ਉੱਤਰ ਪ੍ਰਦੇਸ਼ ਦੇ ਵਿੱਚ ਏਸ਼ੀਆ ਦਾ ਇੱਕ ਸਭ ਤੋਂ ਵੱਡਾ ਜਿਹੜਾ ਮਾਲ ਬਣਿਆ ਜਿਹਦਾ ਨਾਮ ਲੂਲੂ ਮਾਲ ਹੈਗਾ ਉਹ ਇੱਕ ਮੁਸਲਮਾਨ ਮੁਹੰਮਦ ਯੂਸੁਫ ਨੇ ਬਣਾਇਆ ਜਿਹੜਾ ਕੇਰਲਾ ਦੇ ਰਹਿਣ ਵਾਲਾ ਤੇ ਲਗਭਗ 17 18 ਦੇਸ਼ਾਂ ਦੇ ਵਿੱਚ ਉਹਦਾ ਬਿਜ਼ਨਸ ਹੈਗਾ ਤੇ ਏਸ਼ੀਆ ਦਾ ਸਭ ਤੋਂ ਵੱਡਾ ਮਾਲ ਉਹਨੂੰ ਇਸ ਕਰਕੇ ਕਿਹਾ ਉਹਦੇ ਵਿੱਚ 2000 ਕਰੋੜ ਦੀ ਨਿਵੇਸ਼ ਹੋਈ ਹੈ ਔਰ ਉੱਥੇ RSS ਨੇ ਕਿਵੇਂ ਗਮਰਾਹ ਕਰਦੇ ਸਾਨੂੰ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹਨਾ RSS ਨੇ ਕੀ ਕੀਤਾ ਆਪਣੇ ਜਿਹੜੇ Hindu ਸਮਾਜ ਦੇ ਵਿੱਚ ਸਭ ਤੋਂ ਟਾਪ ਕੈਟਾਗਰੀ ਤੇ ਬੈਠੇ ਹੋਏ ਲੋਕ ਸਭ ਤੋਂ ਟਾਪ ਸਮਝ ਲਿਓਏ ਮੇਰੀ ਗੱਲ ਸਭ ਮਨੁਸਿਮਰਤੀ ਦੇ ਮੁਤਾਬਕ ਸਭ ਤੋਂ ਜਿਹੜੇ ਟਾਪ ਕੈਟਾਗਰੀ ਤੇ ਬੈਠੇ ਹੋਏ ਆ ਉਹਨਾਂ ਲੋਕਾਂ ਨੂੰ ਤਿਆਰ ਕੀਤਾ RSS ਦੇ ਟ੍ਰੇਨਡ ਲੋਕਾਂ ਨੂੰ ਕਿਉਂਕਿ ਇਹ ਪ੍ਰੂਫ ਹੋ ਚੁੱਕਾ ਉੱਥੋਂ ਦੀ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਇਹ ਪ੍ਰੂਫ ਕਰਤਾ ਉਹਨਾਂ ਤੇ ਟੋਪੀਆਂ ਪਹਿਨਾਈਆਂ ਤੇ ਮੜਾ ਮੋਟਾ ਉਹਨਾਂ ਦੀ ਬੇਸਬੂਸ ਆ ਜਿਹੜੀ ਸਾਡੇ ਮੁਸਲਮ ਪ੍ਰਾਮਾਰਗੀ ਬਣਾਤੀ ਤੇ ਉਸ ਲੂਲੂ ਮਾਲ ਦੇ ਵਿੱਚ ਜਾ ਕੇ ਉਹ ਨਮਾਜ਼ ਅਦਾ ਕਰਦੇ ਆ ਪਰ ਤੇ ਨਾਲ ਹੀ ਦੇ ਨਾਲ ਵੀਡੀਓ ਬਣਾਉਂਦੇ ਆ ਤੇ ਬੜੇ ਸ਼ਾਰਟ ਜੇ ਟਰਮ ਤੇ ਵਿੱਚ ਜਦੋਂ ਉਹਨਾਂ ਨੇ ਵੀਡੀਓ ਬਣਾਈ ਵੀਡੀਓ ਵਾਇਰਲ ਕੀਤੀ ਤੇ ਨਾਲ ਹੀ ਕਿਹਾ ਵੀ ਜਿਹੜਾ ਲੂਲੂ ਮਾਲ ਆ ਇਹ ਤਾਂ ਜਹਾਦੀਆਂ ਦਾ ਅੱਡਾ ਬਣ ਗਿਆ ਤੇ ਤਰੰਤ ਜਿਹੜੀ ਹੈਗੀ ਆ ਇਹਦੀ ਆਰਐਸਐਸ ਦੀ ਟ੍ਰੋਲ ਆਰਮੀ ਆ ਉਹਨੇ ਉਹਨੂੰ ਚੀਜ਼ ਨੂੰ ਉਛਾਲਣਾ ਸ਼ੁਰੂ ਕੀਤਾ ਜਦੋਂ ਉਹਦੀ ਇਨਵੈਸਟੀਗੇਸ਼ਨ ਕੀਤੀ ਤਾਂ ਉਹ ਉਹੀ ਲੋਕ ਨਿਕਲੇ ਉਹੀ ਲੋਕ ਨਮਾਜ਼ ਕਰਨ ਵਾਲੇ ਨਿਕਲੇ ਜਿਹੜੇ ਮਨੁਸਿਮਰਤੀ ਦੇ ਮਤਾਬਕ ਭਾਰਤ ਦੇਸ਼ ਦੇ ਵਿੱਚ ਟੌਪ ਤੇ ਬੈਠੇ ਨੇ ਫੇਰ ਉੱਥੇ ਹੋਰ ਦੇਖਿਆ ਕੁਝ ਲੋਕ ਜਾ ਕੇ ਉੱਥੇ ਹਨੂਮਾਨ ਹਨੂਮਾਨ ਚਾਲੀਸਾ ਪੜਨ ਲੱਗ ਗਏ ਕੁਝ ਲੋਕ ਜਿਹੜੇ ਖੁਦ ਕਿਤੇ ਕਿਸੇ ਸਕੂਲ ਦੇ ਵਿੱਚ ਕਲਾਸ ਨਹੀਂ ਜਿਹੜੇ ਪਾਸ ਕਰ ਸਕੇ ਉਹਦਾ ਸ਼ੁੱਧੀਕਰਨ ਕਰਨ ਪਹੁੰਚ ਗਏ ਪਰ ਦੂਜੇ ਪਾਸੇ ਜਦੋਂ ਦੇਖਿਆ ਜਾਵੇ ਉੱਤਰ ਪ੍ਰਦੇਸ਼ ਦੇ ਵਿੱਚ ਉਹੀ ਲੋਕ ਜਿਹੜਾ ਮਜਬੂਤੀ ਦੇ ਨਾਲ ਉੱਭਰ ਰਹੇ ਨੇ ਵੋਟਾਂ ਦੇ ਵਿੱਚ ਸੋ ਸਾਥੀਓ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਨਾ ਕਿ ਜੇਕਰ ਤੁਸੀਂ ਇਸੇ ਤਰੀਕੇ ਦੇ ਨਾਲ ਰਹੇ ਇੱਕ ਦਿਨ ਤੁਹਾਡਾ ਇਹ ਜਾਣਾ ਜਿਹੜੇ ਲੋਕ ਅੱਜ ਇਸ ਮੂਵਮੈਂਟ ਦੀ ਜਿਹੜੀ ਭੋਜਨ ਮਹਾਪੁਰਸ਼ਾਂ ਦੀ ਚਲਾਈ ਹੋਈ ਮੂਵਮੈਂਟ ਸਮਾਜਿਕ ਬਰਾਬਰੀ ਤੇ ਆਰਥਿਕ ਸਮਾਨਤਾ ਮੂਵਮੈਂਟ ਦੀ ਆਪਣੇ ਨਿੱਜੀ ਸਵਾਰਥਾਂ ਲਈ ਵਿਰੋਧਤਾ ਕਰਦੇ ਆ ਆਉਣ ਵਾਲਾ ਸਮਾਂ ਉਹਨਾਂ ਦੇ ਲਈ ਬੜਾ ਭਿਆਨਕ ਆ ਇੱਕ ਗੱਲ ਯਾਦ ਕਰ ਲਿਓ ਜਿਹੜਾ ਗਰੀਬ ਆ ਜਿਹੜਾ ਦਿਹਾੜੀ ਕਰਦਾ ਹੈ ਜਿਹੜਾ ਇੱਟਾਂ ਚਿੰਨਦਾ ਹੈ ਜਿਹੜਾ ਬੂਰੀਆਂ ਚੱਕਦਾ ਜਿਹੜਾ ਨਾਲੀਆਂ ਸਾਫ਼ ਕਰਦਾ ਜਿਹੜਾ ਕੋਈ ਹੋਰ ਜਿਹੜਾ ਖੇਤ ਮਜ਼ਦੂਰ ਆ ਉਹਨਾਂ ਦੇ ਬੱਚੇ ਆ ਜਿਹੜੇ ਉਹ ਐਸ ਲੈਵਲ ਦੇ ਕਾਬਿਲ ਆ ਕਿ ਜੇਕਰ ਉਹਨਾਂ ਨੂੰ ਕੋਈ ਮਿਹਨਤ ਮਜ਼ਦੂਰੀ ਸਰੀਰਕ ਕਸਟ ਵਾਲੀ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨਾ ਪਿਆ ਆਪਣੇ ਜੀਵਨ ਨਰਵਾਲੇ ਉਹ ਕਰ ਸਕਦੇ ਆ ਅ ਦਿੱਕਤ ਕਿੱਥੇ ਆਉਣੀ ਆ ਦਿੱਕਤ ਆਉਣੀ ਆ ਸਾਡੇ ਜਵਾਕਾਂ ਨੂੰ ਜਿਹੜੇ ਵਰਗਰਾਂ ਨਾਲ ਪਲੇ ਆ ਜਿਹੜੇ ਦੂਜੇ ਜਿਹੜੇ ਜੰਕ ਫੂਡਾਂ ਨਾਲ ਪਲੇ ਆ ਜਿਨ੍ਹਾਂ ਦੇ ਮਤਲਬ ਜਿਨ੍ਹਾਂ ਨੇ ਕਿਤੇ ਇਹ ਗਰਮੀ ਦੇ ਵਿੱਚ ਪੈ ਕੇ ਨਹੀਂ ਦੇਖਿਆ ਹਨਾ ਤੇ ਜਿਹੜੇ ਕਿਤੇ ਬਿਨਾ ਪੱਖੇ ਤੋਂ ਨਹੀਂ ਪੈ ਕੇ ਦੇਖੇ ਉਹਨਾਂ ਦੇ ਬੱਚਿਆਂ ਨੂੰ ਪ੍ਰੋਬਲਮ ਆਉਣੀ ਆ ਕਿੰਨੇ ਕ ਵਾਰ ਭੇਜ ਦਿਓਗੇ ਕਿੰਨੇ ਕ ਬਾਹਰ ਭੇਜ ਦੋਗੇ ਵਿਦੇਸ਼ਾਂ ਦੇ ਵਿੱਚ ਕਿੰਨੇ ਕ ਭੇਜ ਦੋਗੇ ਜਿਹੜੇ ਇੱਧਰ ਰਹਿਣਗੇ ਉਹਨਾਂ ਲਈ ਸਭ ਤੋਂ ਵੱਡੀ ਸਮੱਸਿਆ ਆਉਣੀ ਆ ਨਾ ਤਾਂ ਉਹਨਾਂ ਨੂੰ ਉਹਨਾਂ ਤੋਂ ਮੱਛਰਦਾਨੀ ਵਿੱਚ ਪਿਆ ਜਾਣਾ ਨਾ ਬਿਨਾ ਪੱਖੇ ਤੋਂ ਪਿਆ ਜਾਣਾ ਨਾ ਇੱਟਾਂ ਚਿਣੀਆਂ ਜਾਣੀਆਂ ਨਾ ਕਹੀ ਚਲਾਈ ਜਾਣੀਆਂ ਨਾ ਬੂਰੀ ਚੱਕੀ ਜਾਣੀ ਆ ਨਾ ਉਹਨਾਂ ਤੋਂ ਮੈਂ 8 ਘੰਟੇ ਦੀ بجائے 12 12 ਘੰਟੇ ਸਿਰ ਤੇ ਕੜਾਈਆ ਚੱਕ ਕੇ 40 50 ਕਿਲੋ ਦਾ ਚੱਕ ਕੇ ਤੁਰਿਆ ਜਾਣਾ ਜੇਕਰ ਅਸੀਂ ਨਾ ਸੁਧਰੇ ਸੋ ਮੇਰੀ ਬੇਨਤੀ ਆ ਸੁਧਰੋ ਆਪਣੀ ਸਾਡੀ ਜਿਹੜੀ ਫਸਟ ਡਿਊਟੀ ਬਣਦੀ ਆ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਸਾਹਿਬ ਕਹਿ ਕੇ ਗਏ ਨੇ ਪੇ ਬੈਕ ਟੂ ਸਟੱਡੀ ਪੇ ਬੈਕ ਟੂ ਸੁਸਾਇਟੀ ਕਰਨ ਦੇ ਲਈ ਸਾਡਾ ਮੂਡਲਾ ਫਰਜ ਬਣਦਾ ਅਸੀਂ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲ ਗਏ ਜਿਹੜੇ ਲੋਕਾਂ ਨੂੰ ਅਸੀਂ ਸਮਝੀ ਬੈਠੇ ਹਾਂ ਕਿ ਇਹ ਸਾਡੀ ਤਕਦੀਰ ਬਦਲ ਦੇਣਗੇ ਚਾਹੇ ਉਹ ਝਾੜੂ ਪਾਰਟੀ ਆ ਚਾਹੇ ਉਹ ਜਿਹੜੀ ਹੈਗੀ ਆ ਭਾਜਪਾ ਪਾਰਟੀ ਆ ਚਾਹੇ ਕਾਂਗਰਸ ਪਾਰਟੀ ਆ ਚਾਹੇ ਕਾਲੀ ਦਲ ਪਾਰਟੀ ਆ ਠੀਕ ਆ ਬੇਸ਼ੱਕ ਬਹੁਜਨ ਸਮਾਜ ਪਾਰਟੀ ਦਾ ਉਹਨਾਂ ਨਾਲ ਸੰਯੁਕਤਾ ਜਿੰਨਾ ਟਾਈਮ ਤੁਸੀਂ ਆਪਣੇ ਝੰਡੇ ਡੰਡੇ ਥੱਲੇ ਆਣ ਕੇ ਆਪਣਾ ਰਾਜ ਸਥਾਪਿਤ ਨਹੀਂ ਕਰਦੇ ਉਹਨਾਂ ਟਾਈਮ ਤੁਹਾਡਾ ਜਿਹੜਾ ਜੀਵਨ ਉਹ ਨਸ਼ਟ ਹੁੰਦਾ ਰਹਿਣਾ ਉਹਦੇ ਚੈਪਟਰ ਲਿਖੇ ਜਾਣੇ ਆ ਇੱਕ ਦਿਨ ਐਸਾ ਆਉਣਾ ਜਿੱਦੇ ਬਿਲਕੁਲ ਇੱਕਦਮ ਪਟਾਕਾ ਪੈ ਜਾਊਗਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਰਾਹੀਂ ਸਾਡੇ ਸਮਾਜ ਨੂੰ ਖਤਮ ਕਰਾਉਣ ਦੇ ਲਈ ਲੱਗਿਆ ਹੋਇਆ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਕੁਝ ਨਹੀਂ ਕਰਨਾ ਕਰਾਉਣਾ ਸਾਰਾ ਕੁਝ ਭਗਵੰਤ ਮਾਨ ਤੋਂ ਆ ਸੈਨ ਉਹਦੇ ਕਰਾਉਣੇ ਆ ਸਭ ਕੁਝ ਹੁਦਾ ਕਰਾਉਣਾ ਲੇਕਿਨ ਜਿਹੜੀ ਸਾਜ਼ਿਸ਼ ਹੋਊਗੀ ਜਿਹੜਾ ਦਿਮਾਗ ਹੋਊਗਾ ਉਹ ਅਰਵਿੰਦ ਕੇਜਰੀਵਾਲ ਦਾ ਹੋਊਗਾ ਸੋ ਇਹਨੇ ਤੁਹਾਡੇ ਹੱਥ ਦੇ ਵਿੱਚ ਆ ਸਾਥੀਓ ਤੁਸੀਂ ਆਪਣੇ ਬੱਚਿਆਂ ਦਾ ਜੀਵਨ ਸੁਰੱਖਿਅਤ ਕਰਨਾ ਜਾਂ ਨਹੀਂ ਕਰਨਾ ਇਹ ਤੁਹਾਡੇ ਬਾਸਾ ਸਾਡਾ ਫਰਜ਼ ਆ ਅਸੀਂ ਆਪਣਾ ਫਰਜ਼ ਸਮਝਦੇ ਆ ਕਿ ਅਸੀਂ ਆਪਣੇ ਸਮਾਜ ਨੂੰ ਪੇ ਬੈਕ ਟੂ ਸੋਸਾਇਟੀ ਦੇ ਰਹੀ ਸੁਚੇਤ ਕਰਦੇ ਰਹਿਣਾ ਜੋ ਵੀ ਸਾਨੂੰ ਮਾਧਿਅਮ ਸਹੀ ਲੱਗਦਾ ਇੱਕ ਮੈਂ ਬੇਨਤੀ ਇੱਥੇ ਹੋਰ ਕਰਨੀ ਚਾਹੁੰਨਾ ਚਾਹੇ ਉਹ ਬੌਧਨ ਸਮਾਜ ਦੀ ਮੂਵਮੈਂਟ ਨਾਲ ਜੁੜੇ ਹੋਏ ਲੋਕ ਸਾਨੂੰ ਸੁਝਾ ਦੇਣ ਦੀ ਲੋੜ ਨਹੀਂ ਵੀ ਗਰਾਉਂਡ ਤੇ ਕੰਮ ਕਰੋ ਜੀ ਫੇਸਬੁੱਕ ਤੇ ਨਾ ਬੋਲੋ ਜੀ ਫਲਾਨਾ ਨਾ ਕਰੋ ਜੀ ਜੇ ਇਹ ਨਾ ਕਰੋ ਜੀ ਉਹ ਨਾ ਕਰੋ ਸਾਨੂੰ ਸੁਝਾ ਦੇਣ ਦੀ ਲੋੜ ਨਹੀਂ ਅਸੀਂ ਬੌਧਨ ਸਮਾਜ ਪਾਰਟੀ ਦੇ ਕੋਈ ਲੀਡਰ ਨਹੀਂ ਲੀਡਰ ਬੌਧਨ ਸਮਾਜ ਪਾਰਟੀ ਦੇ ਤੁਸੀਂ ਹੋ ਇਹ ਤੁਹਾਡਾ ਫਰਜ਼ ਬਣਦਾ ਤੁਹਾਡੀ ਡਿਊਟੀ ਬਣਦੀ ਆ ਗਰਾਉਂਡ ਲੈਵਲ ਤੇ ਜਾ ਕੇ ਕੰਮ ਕਰੋ ਕਿਉਂਕਿ ਤੁਸੀਂ ਲੀਡਰ ਬਣੇ ਹੋਏ ਹੋ ਤੁਸੀਂ ਉੱਦੇ ਲਈ ਹੋਏ ਆ ਅਸੀਂ ਉੱਦੇ ਨਹੀਂ ਲਏ ਅਸੀਂ ਕੋਈ ਬਹੁਜਨ ਸਮਾਜ ਪਾਰਟੀ ਦੇ ਲੀਡਰ ਨਹੀਂ ਅਸੀਂ ਬਹੁਜਨ ਸਮਾਜ ਪਾਰਟੀ ਦੀ ਤੇ ਬਹੁਜਨ ਮੂਵਮੈਂਟ ਦੇ ਸਮਰਥਕਾਂ ਉਹਦੇ ਲਈ ਅਸੀਂ ਜਿੰਨਾ ਕਿ ਸਾਡੇ ਕੋਲੇ ਪਹੁੰਚ ਆ ਜਿੰਨੀ ਕਿ ਸਾਡੀ ਜਿਹੜੀ ਹیثیت ਆ ਉਸ ਮੁਤਾਬਕ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ ਤਨ ਮਨ ਤੇ ਧਨ ਦੇ ਨਾਲ ਇਹ ਇਹ ਤੁਹਾਡੀ ਡਿਊਟੀ ਬਣਦੀ ਸਾਨੂੰ ਮੈਨੂੰ ਖਾਸ ਤੌਰ ਤੇ ਫੋਨ ਕਰ ਕਰਕੇ ਵੱਡੇ ਵੱਡੇ ਲੰਬੇ ਲੈਕਚਰ ਦੇ ਕੇ ਮੈਨੂੰ ਸੁਝਾ ਦੇਣ ਦੀ ਲੋੜ ਨਹੀਂ ਦੂਜੀ ਗੱਲ ਆ ਜਿਹੜੇ ਝਾੜੂ ਪਾਰਟੀ ਵਾਲੇ ਜਾਂ ਭਗਵੰਤ ਮਾਨ ਦੇ ਚੇਲੇ ਚਪਟੇ ਜਿਹੜੇ ਆ ਆਪਣੇ ਜਾਤੀਵਾਦੀ ਹੰਕਾਰ ਦੇ ਨਾਲ ਫੋਨ ਫਾਨ ਕਰਕੇ ਜਿਹੜਾ ਡਰਾਉਂਦੇ ਧਮਕਾਉਂਦੇ ਆ ਉਹਨਾਂ ਨੂੰ ਮੈਂ ਗੱਲ ਦੱਸਣੀ ਚਾਹੁੰਨਾ ਐ ਮੈਂ ਰੰਗਰੇਟਾ ਗੁਰੂ ਦਾ ਬੇਟਾ ਮੈਂ ਡਰਨ ਵਾਲਾ ਬੰਦਾ ਨਹੀਂ ਤੁਹਾਡੇ ਕੋਲ ਤੇ ਨਾ ਤੁਹਾਡੀ ਹੈਸੀਅਤ ਆ ਨਾ ਤੁਹਾਡੀ ਔਕਾਤ ਆ ਕਿ ਤੁਸੀਂ ਸਾਡੇ ਨਾਲ ਵਿਚਾਰ ਤਾਰਕ ਤੌਰ ਤੇ ਗੱਲਬਾਤ ਕਰ ਸਕੋ ਠੀਕ ਆ ਜੇਕਰ ਤੁਹਾਡੇ ਵਿੱਚ ਔਕਾਤ ਆ ਉਹ 10ਵੀਂ ਨੇ 10ਵੀਂ 12ਵੀਂ 12ਵੀਂ ਤੁਹਾਡੀ ਕੰਪਾਰਟਮੈਂਟ ਨਹੀਂ ਕਲੀਅਰ ਹੋਈ ਤੇ ਗੱਲਾਂ ਕਰਦੇ ਤੁਸੀਂ ਸਾਡੇ ਨਾਲ ਸਮਝ ਗਏ ਨਾ ਜੇਕਰ ਤੁਸੀਂ ਇੰਨਾ ਗੱਲਾਂ 'ਚ ਸੋਚੋ ਵੀ ਐ ਮੋੜਾ ਮੋਟਾ ਫੋਨ ਕਰਕੇ ਕਰਕੇ ਅਸੀਂ ਕੋਈ ਸਾਡੀ ਜ਼ੁਬਾਨ ਬੰਦ ਕਰਾ ਦੋਗੇ ਤੁਹਾਡੀ ਗਲਤ ਫਹਿਮੀ ਆ ਸਾਡਾ ਇਤਿਹਾਸ ਪੜੋ ਰੰਗਰੇਟੇ ਗੁਰੂ ਕੇ ਬੇਟਿਆਂ ਦਾ ਫੇਰ ਤੁਹਾਨੂੰ ਪਤਾ ਲੱਗੂ ਤੇ ਖੁਦ ਆਪਣਾ ਵੀ ਇਤਿਹਾਸ ਪੜੋ ਵੀ ਸਾਡਾ ਇਤਿਹਾਸ ਕੀ ਸੀ ਇਨਾ ਬੇਨਤੀਆਂ ਨਾਲ ਤੁਹਾਡੇ ਤੋਂ ਰਜਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ